ਸਾਨੂੰ ਜੀ ਪਰਸੋਂ ਪਤਾ ਲੱਗਾ 21 ਤਰੀਕ ਨੂੰ 9 ਵਜੇ ਸਵੇਰੇ ਵੀ ਸੀਰੀਅਸ ਬੱਚਾ ਤੁਹਾਡਾ। ਪਰਿਵਾਰ 'ਚ ਦੋ ਮੇਰੇ ਪੋਤਰੇ ਜੀ, ਇੱਕ ਮੇਰੀ ਨੂੰਹ, ਇੱਕ ਮੇਰੀ ਮਾਤਾ, ਅਸੀਂ ਦੋਵੇਂ ਜੀ। ਲਾਡਰ ਗੱਲ ਹੁੰਦੀ ਰਹਿੰਦੀ ਇਸ ਤਰ੍ਹਾਂ ਦੀ। ਹਾਂਜੀ, ਉਸ ਦਿਨ 11 ਵਜੇ ਗੱਲ ਹੋਈ, ਪਰਸੋਂ 20 ਤਰੀਕ ਨੂੰ 11 ਵਜੇ ਗੱਲ, ਫਿਰ ਨਹੀਂ ਗੱਲ ਹੋਈ। ਸ਼ਹੀਦ ਹੋਏ ਫੌਜੀ ਪਿਤਾ ਨੂੰ ਬਹਾਦਰੀ ਨਾਲ ਸਲੂਟ ਮਾਰ ਕੇ ਸ਼ਰਧਾਂਜਲੀ ਦੇ ਰਹੇ ਦੋ ਛੋਟੇ ਛੋਟੇ ਪੁੱਤ ਤੇ ਤਾਹਾਂ ਮਰ ਰੋਂਦੇ ਪਰਿਵਾਰ ਦੀਆਂ ਇਹ ਤਸਵੀਰਾਂ ਬਟਾਲਾ ਦੇ ਪਿੰਡ ਰੰਗਣ ਨੰਗਲ ਦੀਆਂ ਨੇ। ਇੱਥੇ ਦੇ ਫੌਜੀ ਜਵਾਨ ਨਾਇਕ ਗਗਨਦੀਪ ਸਿੰਘ ਡਿਊਟੀ ਦੌਰਾਨ ਬੀਤੇ ਦਿਨੀ ਸ਼ਹੀਦ ਹੋ ਗਏ ਸੀ। ਜਿਵੇਂ ਹੀ ਉਹਨਾਂ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਸਾਰਾ ਪਿੰਡ ਫੁੱਟ ਫੁੱਟ ਕੇ ਰੋਣ ਲੱਗ ਪਿਆ। ਸਰਕਾਰੀ ਸਨਮਾਨਾਂ ਦੇ ਨਾਲ ਭਾਵੁਕ ਹੋ ਕੇ ਪਿੰਡ ਵਾਸੀਆਂ ਤੇ ਪਰਿਵਾਰ ਦੇ ਵੱਲੋਂ ਸ਼ਹੀਦ ਫੌਜੀ ਜਵਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਫੌਜੀ ਜਵਾਨ ਦੇ ਪਿਤਾ ਗੁਰਨਾਮ ਸਿੰਘ ਰਿਸ਼ਤੇਦਾਰ ਸਰਵਣ ਸਿੰਘ ਨੇ ਦੱਸਿਆ ਕਿ ਕੁਛ ਦਿਨ ਪਹਿਲਾਂ ਉਹਨਾਂ ਦੇ ਪੁੱਤ ਦਾ ਫੋਨ ਆਇਆ ਸੀ ਕਿ ਉਸਨੂੰ ਬੁਖਾਰ ਚੜਿਆ ਹੋਇਆ। ਉਸ ਤੋਂ ਬਾਅਦ ਉਹਨਾਂ ਦਾ ਆਪਣੇ ਪੁੱਤ ਦੇ ਨਾਲ ਕੋਈ ਫੋਨ ਤੇ ਸੰਪਰਕ ਨਹੀਂ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਿੱਧੀ ਉਹਨਾਂ ਦੇ ਪੁੱਤ ਦੇ ਮੁੱਕੇ ਹੋਣ ਦੀ ਖਬਰ ਹੀ ਘਰ ਪਹੁੰਚੀ ਹੈ। ਸਾਨੂੰ ਜੀ ਪਰਸੋਂ ਪਤਾ ਲੱਗਾ 21 ਤਰੀਕ ਨੂੰ 9 ਵਜੇ ਸਵੇਰੇ ਵੀ ਸੀਰੀਅਸ ਬੱਚਾ ਤੁਹਾਡਾ। ਡਿਊਟੀ ਜੀ ਰੰਗੀ ਆਈ ਜੀ 16 ਸਿੱਖ ਤੇਜਪੁਰ ਲਾਗੇ। ਡਿਊਟੀ ਕਰਦਿਆਂ ਨੂੰ ਜੀ 1 ਮਹੀਨਾ 20 ਦਿਨ ਘੱਟ ਵਾ 13 ਸਾਲ ਨੌਕਰੀ ਹੋਣ। ਪਰਿਵਾਰ 'ਚ ਦੋ ਮੇਰੇ ਪੋਤਰੇ ਜੀ, ਇੱਕ ਮੇਰੀ ਨੂੰਹ, ਇੱਕ ਮੇਰੀ ਮਾਤਾ, ਅਸੀਂ ਦੋਵੇਂ ਜੀ। ਸਾਨੂੰ ਪਰਸੋਂ ਪਤਾ ਲੱਗਾ 21 ਤਰੀਕ ਨੂੰ। ਸੁਭਾਅ ਬਹੁਤ ਵਧੀਆ ਹੈ, ਬਹੁਤ ਵਧੀਆ ਹੈ, ਘਰ ਬਹੁਤ ਵਧੀਆ, ਮੇਰੇ ਨਾਲ ਬਹੁਤ ਜ਼ਿਆਦਾ ਰੱਖਦਾ ਹੈ, ਭਤੀਜਾ ਮੈਂ ਚਾਚਾ ਹੋਣਾ ਸਕਦਾ। ਹਾਂਜੀ, ਮੇਰੇ ਨਾਲ ਬਹੁਤ ਕਰਦਾ ਸੀ, ਉਹਨਾਂ ਆਪਣੇ ਡੈਡੀ ਨਾਲ ਨਹੀਂ ਕਰਦਾ, ਜਿੰਨਾ ਮੇਰੀ ਗੱਲ ਮੰਨਦਾ, ਹਰ ਗੱਲ ਮੰਨਦਾ ਮੇਰੇ ਸਾਰ। ਕਿੰਨਾ ਦਾ ਜੀ? ਗਗਨਦੀਪ ਸਿੰਘ। ਹਾਂਜੀ, ਮੈਂ ਨਿੱਕਾ ਪਾਲਿਆ, ਬੜਾ ਔਖਾ ਪਾਲਿਆ, ਬੁਰਕਿਆਂ ਦੇ ਪਾਲਿਆ ਮੈਂ ਇਹਨੂੰ। ਹਾਂਜੀ, ਨਹੀਂ ਇਹ ਫਿਰ ਦੋ ਡੈਡੀ ਫੌਜੀ, ਇਹਦਾ ਚਾਚਾ ਫੌਜੀ ਇੱਕ, ਮੈਂ ਕਹਿੰਦਾ ਵਾਹੀ ਕਰਦਾ ਹਾਂ, ਦੋ ਭਰਾ ਮੇਰੇ ਫੌਜੀ ਸੀਗੇ। ਹਾਂਜੀ, ਇਹਨਾਂ ਦੇ ਦਾਦੀ ਆ, ਇਹਦੀ ਮੰਮੀ ਆ, ਡੈਡੀ ਆ, ਛੋਟਾ ਭਰਾ ਵਾ ਅਤੇ ਦੋ ਬੇਟੇ ਕਰਦੀ ਆ ਇਹਦੀ। ਲਾਡਰ ਗੱਲ ਹੁੰਦੀ ਰਹਿੰਦੀ ਇਸ ਤਰ੍ਹਾਂ ਦੀ। ਹਾਂਜੀ, ਉਸ ਦਿਨ 11 ਵਜੇ ਗੱਲ ਹੋਈ, ਪਰਸੋਂ 20 ਤਰੀਕ ਨੂੰ 11 ਵਜੇ ਗੱਲ, ਫਿਰ ਨਹੀਂ ਗੱਲ ਹੋਈ। ਹਾਂਜੀ,
ਇੱਕ 10 ਸਾਲ ਆ, ਇੱਕ ਦੀ 5 ਸਾਲ ਆ। ਹਾਂਜੀ, ਇਹਨੂੰ ਮੇਰੀ 31 ਸਾਲ ਉਮਰ ਸਾਰੀ। ਦੱਸੀ ਕਿ ਗਗਨਦੀਪ ਸਿੰਘ 16 ਸਿੱਖ ਪੰਜਾਬ ਰੈਜੀਮੈਂਟ 'ਚ ਭਰਤੀ ਹੋਇਆ ਸੀ। ਫੌਜੀ ਗਗਨਦੀਪ ਸਿੰਘ ਦੀ ਸ਼ਹਾਦਤ ਦੇ ਨਾਲ ਪਿੰਡ ਅਤੇ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਆ। ਹਰ ਅੱਖ ਜਿੱਥੇ ਨਾਮ ਦਿਖਾਈ ਦੇ ਰਹੀ ਆ, ਉੱਥੇ ਹੀ ਹਰ ਇੱਕ ਨੂੰ ਆਪਣੇ ਸ਼ਹੀਦ ਪੁੱਤ ਦੀ ਸ਼ਹਾਦਤ 'ਤੇ ਮਾਣ ਵੀ ਮਹਿਸੂਸ ਹੋ ਰਿਹਾ। ਬਟਾਲਾ ਤੋਂ ਰੋਹਿਤ ਗੁਪਤਾ, ਪੰਜਾਬੀ ਲੋਕ ਚੈਨਲ।